ਜਲੰਧਰ ਦੇ ਇੱਕ ਮਾਲ ਵਿੱਚ ਸਵਿਗੀ ਦੇ ਡਿਲੀਵਰੀ ਬੁਆਏ ਅਤੇ ਉਸਦੇ ਸਾਥੀਆਂ ਵੱਲੋਂ ਇੱਕ ਰੈਸਟੋਰੈਂਟ ਵਿੱਚ ਗੁੰਡਾਗਰਦੀ ਕਰਦੇ ਹੋਏ ਤੋੜਫੋੜ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਉੱਤੇ ਮੌਜੂਦ ਇੱਕ ਨੌਜਵਾਨ ਅਤੇ ਰੈਸਟੋਰੈਂਟ ਦੇ ਮਾਲਕ ਗਗਨ ਨੇ ਦੱਸਿਆ ਕਿ ਅਚਾਨਕ ਇੱਕ ਸਵਿਗੀ ਦਾ ਡਿਲੀਵਰੀ ਬੁਆਏ ਇੱਕ ਕਸਟਮਰ ਨਾਲ ਬਹਿਸਬਾਜ਼ੀ ਕਰਨ ਲੱਗਾ। ਜਦੋਂ ਉਹਨਾਂ ਵੱਲੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸਨੇ ਫੋਨ ਕਰਕੇ 25-30 ਨੌਜਵਾਨਾਂ ਨੂੰ ਰੈਸਟੋਰੈਂਟ ਵਿੱਚ ਬੁਲਾ ਲਿਆ, ਜਿਨ੍ਹਾਂ ਨੇ ਉੱਥੇ ਪਹੁੰਚ ਕੇ ਰੈਸਟੋਰੈਂਟ ਵਿੱਚ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਅੰਗੀਠੀ ਦੇ ਮਾਲਕ ਇਕੱਲੇ ਕੰਮ ਕਰਦੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ 7 ਸਾਲ ਤੋਂ ਇੱਥੇ ਅੰਗੀਠੀ ਦਾ ਨਾ। ਇਹ ਬੋਨਫਾਇਰ ਦੇ ਭਾਈ ਨੇ, ਇਹ ਸਰ ਸਾਹਮਣੇ ਰੈਸਟੋਰੈਂਟ ਖੋਲ੍ਹ ਰਹੇ ਆਪਣੇ, 12-13 ਰੈਸਟੋਰੈਂਟ ਸਰ ਆਪਣੇ ਇੱਥੇ PPR ਮੋਲ ਦੇ ਵਿੱਚ। ਸਾਰੇ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ। ਦੇਖੋ ਸਬਜ਼ੀਆਂ ਲਿਆ ਰਹੇ ਆ, ਆਟਾ ਲਿਆ ਰਹੇ, ਹਰ ਚੀਜ਼ ਲੈ ਕੇ ਆ ਰਹੇ ਔਰ ਢੋ ਕੇ ਲੋਕਾਂ ਦੀ ਸੇਵਾ ਕਰ ਰਹੇ ਆਪਾਂ ਸਰ। ਹੁਣ ਕੀ ਹਾਲਤ ਹੈ ਜੀ? ਹੁਣ ਸਰ ਦੇਖੋ, ਮੈਂ ਆਪਣੇ ਰੈਸਟੋਰੈਂਟ ਦੇਖਿਆ ਕਿ 25-30 ਮੁੰਡੇ ਸੀ ਸਵਿਗੀ ਵਾਲੇ, ਉਹ ਬੰਦਿਆਂ ਨੇ ਕੀ ਕੀਤਾ, ਇਹਨਾਂ ਦੁਕਾਨ ਦੇਖੋ ਸਰ ਬਿਲਕੁਲ ਤੈਸ਼ ਨਸ਼ ਕਰ ਦਿੱਤੀ। ਹਾਂਜੀ ਗਗਨ ਜੀ, ਕੀ ਗੱਲ ਹੋਈ ਸੀਗੀ? ਭਾਜੀ ਆਪਣੇ ਸਾਡੇ ਇੱਥੇ ਟੇਬਲ ਇੱਕ ਲੱਗਾ ਸੀਗਾ, ਮੁੰਡੇ ਆਏ ਸੀਗੇ ਜੀ, ਉਹਨਾਂ ਨੂੰ ਅਸੀਂ ਔਡਰ ਪਾਣੀ ਅਤੇ ਕੋਕ ਵਗੈਰਾ ਸਰਵ ਕੀਤੀ ਭਾਜੀ, ਅਤੇ ਔਡਰ ਉਹਨਾਂ ਟੇਬਲ ਦੇ ਵਿੱਚੋਂ ਭੇਜਿਆ। ਇੱਧਰੋਂ ਭਾਜੀ ਨਾਲ ਹੀ ਭਾਈ ਸਵਿਗੀ ਵਾਲਾ ਮੁੰਡਾ ਸੀਗਾ ਭਾਜੀ, ਕੋਈ ਉਹਨਾਂ ਨਾਲ ਕੋਈ ਬਹਿਸ ਹੋ ਗਈ ਹੋਣੀ ਆ, ਮੇਰਾ ਲੜਕਾ ਇੱਥੋਂ ਗਿਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਭਾਜੀ ਜੋ ਵੀ ਕੋਈ ਵੀਰ ਜੀ ਤੁਹਾਡੀ ਗੱਲ ਆ ਤੁਸੀਂ ਪਲੀਜ਼ ਸਾਈਡ ਹੋ ਕੇ ਕਰ ਲਓ। ਉਹਨੇ ਭਾਜੀ ਸਵਿਗੀ ਵਾਲੇ ਲੜਕੇ ਨੇ ਪਤਾ ਨਹੀਂ ਕਿਸ ਨਾਲ ਹੀ ਭਾਜੀ ਫੋਨ ਕੀਤਾ, ਨਾਲ ਹੀ ਭਾਜੀ 20-25 ਮੁੰਡਿਆਂ ਦੀ ਹੇੜ ਹੀ ਹੇੜ ਆਈ ਹੈ ਭਾਜੀ, ਨਾਲ ਹੀ ਭਾਜੀ ਉਹਨਾਂ ਨੇ ਟੈਸਨੈਸ ਪਾਈ ਸਭ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਦੇ SP ਬਿਮਲ ਕਾਂਤ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਕ੍ਰਾਈਮ ਨੂੰ ਰੋਕਣ ਦੇ ਲਈ ਇੱਕ ਟੀਮ ਦਾ ਵੀ ਗਠਨ ਕੀਤਾ ਜਾ ਰਿਹਾ ਹੈ। ਮਾਹੌਲ ਨਹੀਂ ਖਰਾਬ ਹੋਣ ਦਿੰਦੇ ਅਸੀਂ, ਮਾਹੌਲ ਦੀ ਨਹੀਂ ਹੈ ਇਹ, ਲੇਟ ਆਵਰ ਕਿਤੇ ਕਾਫੀ ਲੇਟ ਆਵਰ ਹੋਇਆ ਤੇ ਉਹਦੇ ਤੇ ਅਸੀਂ FIR ਦਰਜ ਕਰਤੀ ਹੈ 164, 354, 530, 509 ਦੇ ਤਹਿਤ ਮੁਕੱਦਮਾ ਦਰਜ ਕਰਤਾ ਮਾਡਲ ਟਾਊਨ ਦੇ ਵਿੱਚ। ਔਰ ਜਲਦੀ ਹੀ ਇਹਨਾਂ ਨੂੰ ਜਿਹਨਾਂ ਲੜਕੇ ਨੇ ਉਹਨੂੰ ਲੜਕੀ ਨਾਲ ਕੁੱਟਮਾਰ ਕਰਦੇ ਨਜ਼ਰ ਆਉਂਦੇ ਆ ਉਹਨਾਂ ਦੀ ਗ੍ਰਿਫਤਾਰੀ ਅਸੀਂ ਕਰ ਦੇਣੀ ਆ। ਇਹਦੇ ਨਾਲ ਜਿਹੜਾ ਕਲੱਬਾਂ ਦਾ ਹੈਗਾ ਉਹ ਇਸੇ ਮੁਕੱਦਮੇ ਦੇ ਵਿੱਚ ਵੀ ਉਹ ਵੀ ਰੋਲ ਅਸੀਂ ਸਾਰਿਆਂ ਦਾ ਵਾੜਨਾ, ਵੀ ਕਿੱਥੇ ਇਹਨਾਂ ਨੇ ਜਿੱਦਾਂ ਲੱਗਦਾ ਹੈ ਵੀ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਉਹਨਾਂ ਨੇ ਜੀ ਸ਼ਰਾਬ ਪੀਤੀ ਸੀ, ਉਹ ਅਸੀਂ ਸਾਰਾ ਉਸ ਐਂਗਲ ਨੂੰ ਦੇਖ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਸਰ ਇਹ ਇੱਕ ਮਾਮਲਾ ਦੱਸਿਓ ਕੀ ਸੀਗਾ, ਕੁੜੀਆਂ ਮੁੰਡਿਆਂ ਦਾ ਮਾਮਲਾ ਕੀ ਸੀ? ਸਾਡੇ ਕੋਲ ਇੰਨੀ ਜਾਣਕਾਰੀ ਮਿਲੀ ਆ ਜਿੰਨੀ ਅਜੇ ਮਿਲੀ ਆ ਵੀ ਕਿਸੇ ਕਲੱਬ 'ਚੋਂ ਲੜਕਾ ਲੜਕੀ ਆਏ ਸੀਗੇ, ਉਹ ਰਸਤੇ ਵਿੱਚ ਲੜ ਪਏ, ਪਹਿਲਾਂ ਮਾਡਲ ਟਾਊਨ ਗੁਰਦੁਆਰਾ ਸਾਹਿਬ ਕੋਲ ਲੜ ਪਏ, ਫਿਰ ਸੰਜੇ ਕਰਾਟੇ ਕਲੱਬ ਕੋਲ ਲੜ ਗਏ, ਲੜ ਪਏ ਆਪਸ ਵਿੱਚ, ਅਤੇ ਕੋਈ ਬੰਦੇ ਛੁਡਾਉਣ ਲੱਗੇ ਫਿਰ ਆਪਸ ਵਿੱਚ ਕੁੱਟਮਾਰ ਹੋ ਗਈ। ਉਹਦੇ ਕਰਕੇ ਫਿਰ ਅਸੀਂ 160 ਜਿਹੜੀ ਇਸੇ ਕਰਕੇ ਲਾਈ ਆ ਵੀ ਸ਼ਾਂਤੀ ਪਬਲਿਕ ਦੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਤੇ ਅਸੀਂ ਅਲੱਗ ਐਕਸ਼ਨ ਲੈਣਾ ਆ, ਉਹਦੇ ਤੇ ਡਿਪਾਰਟਮੈਂਟਲ ਐਕਸ਼ਨ ਹੋਏਗਾ। ਦਾ ਹੀ ਮਾਮਲਾ ਇੱਕ ਕੱਲ ਦੁਪਹਿਰੇ ਵੀ ਆਇਆ PAP ਜੀ, ਇੱਕ ਲੇਡੀ ਸੀ, 4-5 ਲੇਡੀ ਸੀਗੀਆਂ ਬੱਸ ਦੇ ਵਿੱਚ, ਇੱਕ ਬਜ਼ੁਰਗ ਦੀ ਜੇਬ ਵਿੱਚੋਂ ਪੈਸੇ ਕੱਢ ਕੇ ਲੈ ਆਈਆਂ ਸੀ, ਬਾਜੀ ਕਰਨੀਆਂ ਲਾਈ ਸੀਗੀਆਂ, ਉਹਨਾਂ ਨੂੰ ਕੰਡਕਟਰ ਵੱਲੋਂ ਤੇ ਆਮ ਪਬਲਿਕ ਵੱਲੋਂ ਕੁੱਟਿਆ ਗਿਆ ਲੇਡੀਜ਼ ਨੂੰ, ਪਰ ਪੁਲਿਸ ਲਾਗੇ ਖੜੀ ਸੀ ਉਹਨਾਂ ਦੇ ਉੱਤੇ ਵੀ, ਉਹਨਾਂ ਨੇ ਵੀ ਕੋਈ ਵੀ ਨਹੀਂ ਉਹਨਾਂ ਨੂੰ ਨਹੀਂ, ਉਹਦੇ 'ਚ ਅਸੀਂ ਇਹਦਾ ਸੈਸ਼ਨ ਲਾਵਾਂਗੇ ਇਹਨਾਂ ਦੇ ਵਿੱਚ, ਇਹਨਾਂ ਦੇ ਸੈਸ਼ਨ ਲਾ ਕੇ ਇਹਨਾਂ ਨਾਲ ਗੱਲ ਕਰਾਂਗੇ, ਜਿਹਦੀ ਗਲਤੀ ਹੈਗੀ ਉਹਦੇ ਖਿਲਾਫ਼ ਅਸੀਂ ਐਕਸ਼ਨ ਲੈਂਦੇ ਹੀ ਲੈਂਦੇ।